हेलो जी, सत श्री अकाल। वेलकम बैक टू माय चैनल। किवें हो जी तुसी सारे? उम्मीद करदी हां तुसी सारे ठीक होवोगे। मैं भी ठीक हाँ जी। स्वागत करदी हां तुहाडा पंजाबी पाठ फैमिली विच। आ देखो जी, सवेरे सवेरे अज आ गए सी ना अपने घर मोर, इन्ने सोहणे फिरदे सीगे। इन्हां नूं वी हुंदा वी धनिया पालक खा के जाइए जी। बहुत उप्पर भी काफ़ी आ गए सीगे, एक दे तैण फंघ भी बहुत काफ़ी वड्डे वड्डे सीगे। युवराज कहिंदा मम्मा फंघ खिच लैंदे आ दे आपां फड़ के, पिछे फरजे होंगे ने। इन्हां दी कलर गर्दन दा इन्ना सोहना हुंदा ना जी, बहुत प्यारा प्यारा लगता सीगा कलर। आए भज्जे फिरदे सी ते मैं इन्हां दे पिछे पिछे लै के फोन फिरदी सीगी। मोर भी कहिंदे होणगे वी पता नहीं की हो गया इहनूं। हाय हाय, बेचारे खेडदे फिरदे सी ते मैनूं देख के ही डर के फिर ये भज गए। ते उस तो बाद जी मैं बनाउण लगी अज नाश्ता। मैं बनाउणियां सीगियां, डैडी जी लियाए मेथे, कहिंदे मेथिया दी रोटी पकाओ। मम्मी कहिंदी मैं नहीं खानी, युवराज भी कहिंदा मैं नहीं खानी जी। रह गईयां मैं ते डैडी जी रह गए सीगे। फिर मैं कहा चलो जे तुसीं नहीं खाने तुसीं अपनी सिंपल बना लांगे आपां कणक दी, तुहानूं वी असीं तां मेथे वाली खा लईए। हुण तां देखो जांदी वार दे ही नहीं है ना, डैडी जी लियायो वी वैसे ठीक तां मैं वी नहीं सीगी, पर चलो फिर हुण डैडी जी लियाए। मैं कहा चलो बनाउणियां तां हैगियां ने, विच इक लैणी आ जिहड़ी मैं वी लै लूँगी। तो मेरा भी गल तो ठीक है जी, बुखार भी ठीक अगे नालों, पर जुखाम बहुत ज़्यादा, आवाज़ हजे क्लीयर नहीं हुई, भारी भारी मैं अपने आप लगती है। थोनों सुनने तो पता नहीं किमें लगती होगी जी, पर मैनू बहुत भारी भारी जी लगती है। खाण पीण च भी हजे थोड़ी भुख भख लगती नहीं हैगी चंगी तरह जी, इस करके पता नहीं मौसम बदलन करके। देखो जी सारे किते यही हाल आ, खंघ इन्नी लोगों हो रही है ना, ਜਿਹੜੇ ਵੀ ਕੋਈ ਦੇਖੋ ਇੱਕ ਸ਼ੀਸ਼ੀ ਪੀ ਲਈ, ਅਸੀਂ ਦੋ ਸ਼ੀਸ਼ੀ ਪੀ ਲਈ, ਪਰ ਆਰਾਮ ਨਹੀਂ ਆ ਰਿਹਾ। ਇੱਦਾਂ ਹੀ ਹੋ ਰਿਹਾ ਸਾਰਿਆਂ ਦਾ ਜੀ, ਪਤਾ ਨਹੀਂ ਕੀ ਗੱਲ ਆ ਮੌਸਮ 'ਚ। ਅਤੇ ਇੱਥੇ ਕਰਨ ਲੱਗ ਗਈ ਸੀ ਵੀ ਮੇਥੇ ਕੁੱਟਣ ਲੱਗ ਗਈ ਸੀਗੀ, ਮੈਂ ਮਿਕਸੀ 'ਚ ਪੀਸ ਲਏ ਅੱਜ। ਮੈਂ ਕਿਹਾ ਹੁਣ ਥੋੜ੍ਹੇ ਜਿਹੜੇ ਡੰਟਲ ਹੁੰਦੇ ਨੇ ਜਿਵੇਂ ਦੀ ਡੰਡੀਆਂ ਥੋੜ੍ਹੀ, ਵੈਸੇ ਤਾਂ ਮੈਂ ਸਮਾਰ ਕੇ ਜੀ ਦੇਖੋ ਸਾਰੀਆਂ ਕੱਟਤੀਆਂ ਸੀਗੀਆਂ, ਪੱਤੇ ਪੱਤੇ ਕੱਢੇ ਸੀ, ਪਰ ਫਿਰ ਵੀ ਵਿੱਚ ਕੋਈ ਨਾ ਕੋਈ ਤੁਹਾਨੂੰ ਪਤਾ ਹੁੰਦੀ ਆ ਸਖਤ ਰਹਿ ਜਾਂਦੀਆਂ ਨੇ ਜੇ ਆਪਾਂ ਚੋਪਰ 'ਚ ਕਰਦੇ ਹਾਂ। ਇਸ ਕਰਕੇ ਜੀ ਮੈਂ ਇਹ ਮਿਕਸੀ ਵਿੱਚ ਕੁੱਟ ਲਈਆਂ ਸੀਗੀਆਂ, ਪੀਸ ਲਏ ਸੀਗੇ ਮਤਲਬ। ਅਤੇ ਨਾਲ ਮੇਰਾ ਧਰਿਆ ਹੋਇਆ ਸੀ ਕੋਲ ਦੁੱਧ, ਮੈਂ ਉਹ ਵੀ ਦੇਖਦੀ ਸੀ। ਮੰਮੀ ਮੈਨੂੰ ਕਹਿੰਦੀ ਸੀ ਕਹਿੰਦੀ ਉਬਾਲ ਨਾ ਦਈ ਕਿਤੇ, ਇੱਕ ਕੰਮ ਸਵਾਰਦੀ ਵਧਾ ਲਵੇਂ। ਮੈਂ ਕਿਹਾ ਨਹੀਂ, ਕੋਲ ਮੰਮੀ ਨੂੰ ਆਦਤ ਆ, ਉਹ ਕੋਲ ਖੜਕੇ ਵਾਲੀ ਦਿੰਦੇ ਹੁੰਦੇ ਨੇ। ਮੈਨੂੰ ਹੁੰਦਾ ਵੀ ਨਾਲ ਦੀ ਨਾਲ ਮੈਂ ਹੋਰ ਕੰਮ ਵੀ ਕਰ ਲਵਾਂ, ਕੋਈ ਇਕੱਲਾ ਵਾਲੀ ਤਾਂ ਨਹੀਂ ਖੜਕੇ ਦੇਣੀ ਹੈਗੀ। ਲਓ ਜੀ ਵਾਲੀ ਆਪਣੀ ਆ ਗਈ, ਉੱਧਰ ਮੇਰੇ ਮੇਥੇ ਵੀ ਕੁੱਟੇ ਗਏ। ਹੁਣ ਮੈਂ ਕਿਹਾ ਇਹਨਾਂ ਨੂੰ ਚਲੋ ਮੈਂ ਜਾਲੀ ਦੇ ਕੇ ਰੱਖ ਦੂੰਗੀ, ਫਿਰ ਅਸੀਂ ਠੰਡਾ ਹੋਏ ਤਾਂ 2 ਘੰਟੇ ਬਾਅਦ ਜੀ ਫਰਿੱਜ 'ਚ ਲਾ ਦਿੰਦੇ ਹਾਂ, ਅਤੇ ਮਲਾਈ ਲਾ ਕੇ ਇਹਦੀ ਫਿਰ ਇਹਨੂੰ ਦੁੱਧ ਨੂੰ ਵਰਤਦੇ ਹਾਂ। ਇਹਦੇ ਵਿੱਚੋਂ ਫਿਰ ਸ਼ਾਮ ਨੂੰ ਆਪਾਂ ਦਹੀਂ ਲਾ ਲੈਂਦੇ ਹਾਂ, ਅਤੇ ਪੀਣ ਨੂੰ ਜਿਹੜਾ ਮਿੱਠਾ ਪਾਉਣਾ ਹੁੰਦਾ ਉਹ ਪਾ ਲੈਂਦੇ ਹਾਂ। ਨਾਲੇ ਤਾਂ ਦੇਖੋ ਜੀ ਮਲਾਈ ਵਾਲਾ ਡਾਕਟਰ ਵੀ ਕਹਿੰਦੇ ਨੇ ਹੈ ਨਾ, ਖਰਾਬ ਨਹੀਂ ਕਰਦਾ ਹੈਗਾ, ਨਾਲੇ ਆਪਣੀ ਮਲਾਈ ਤੋਂ ਮੇਰਾ ਘਿਓ ਬਣ ਜਾਂਦਾ, ਫਿਰ ਮੈਂ ਘਿਓ ਬਣਾ ਲੈਂਦੀ ਹਾਂ। ਇੱਕ ਦੋ ਤਿੰਨ ਕੰਮ ਪੂਰੇ ਹੁੰਦੇ ਨੇ ਜੀ। ਦੇਖੋ ਦੁੱਧ 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 ਰਹਿ ਜਾਂਦਾ, ਮਲਾਈ ਤੋਂ ਘਿਓ ਬਣ ਜਾਂਦਾ, ਅਤੇ ਜਿਹੜੀ ਬਾਅਦ ਵਾਲੀ ਲੱਸੀ ਹੁੰਦੀ ਆ ਉਹਦੇ ਤੋਂ ਪਨੀਰ ਬਣ ਜਾਂਦਾ। ਇੱਕ ਦੁੱਧ ਤੋਂ ਹੀ ਆਪਾਂ 3 ਕੰਮ ਲੈ ਸਕਦੇ ਹਾਂ, ਦੇਖ ਲਓ ਜੀ ਇੰਨਾ ਫਰਕ ਆ ਹੈ ਨਾ ਵਾਲੀ ਦੇ ਕੇ ਰੱਖਣ ਨਾਲ। ਲਓ ਜੀ ਗੱਲਾਂ ਕਰਦੇ ਕਰਦੇ ਮੇਰਾ ਆਟੇ 'ਚ ਮੈਂ ਲੂਣ ਮਿਰਚ ਪਾ ਕੇ ਮੇਥੇ ਪੀਸੇ ਹੋਏ ਵੀ ਪਾ ਲਏ ਦੇਖ ਕੇ ਜਿੰਨੇ ਕੁ ਪਾਉਣੇ ਸੀ, ਅਤੇ ਬਾਕੀ ਹੁਣ ਮੈਂ ਪਾਣੀ ਗਰਮ ਕਰਕੇ ਪਾਉਂਗੀ। ਇਹ ਆਟਾ ਪਤਾ ਨਹੀਂ ਇਸ ਵਾਰ ਜੀ ਮੱਕੀ ਦਾ ਕਿਵੇਂ ਦਾ ਆ ਗਿਆ ਨਾ, ਰੋਟੀਆਂ ਕੈੜੀਆਂ ਕੈੜੀਆਂ ਬਣਦੀਆਂ ਨੇ ਇਹਦੇ ਨਾਲ ਬਹੁਤ ਜ਼ਿਆਦਾ। ਮੈਂ ਕਿਹਾ ਥੋੜ੍ਹਾ ਜਿਹਾ ਗਰਮ ਪਾਣੀ ਪਾ ਕੇ ਦੇਖਦੀ ਹਾਂ ਵੀ, ਕਈ ਵਾਰ ਗਰਮ ਪਾਣੀ ਨਾਲ ਜ਼ਿਆਦਾ ਵਧੀਆ ਨਰਮ ਜਿਹਾ ਲੇਸ ਜਿਹਾ ਹੋ ਜਾਂਦਾ। ਮੰਮੀ ਕਹਿੰਦੀ ਹੁੰਦੀ ਲੇਸ ਹੋ ਜਾਂਦਾ, ਮੈਨੂੰ ਲੇਸ ਦੀ ਪਤਾ ਕੀ ਆ ਵੀ ਜਦ 'ਚ ਟੁੱਟੂਗੀ ਨਹੀਂ ਸ਼ਾਇਦ ਗਰਮ ਪਾਣੀ ਨਾਲ, ਇਹ ਉਹਨਾਂ ਦਾ ਕਹਿਣ ਦਾ ਉਹ ਹੁੰਦਾ। ਅਤੇ ਹੁਣ ਬਣਾ ਲੂੰਗੀ ਜੀ ਮੈਂ ਰੋਟੀਆਂ। ਯੁਵਰਾਜ ਨੂੰ ਵੀ ਪਤਾ ਨਹੀਂ ਜੀ ਕੀ ਹੋ ਗਿਆ, ਪਿਛਲੇ ਸਰਦੀਆਂ 'ਚ ਸਾਲ ਪਹਿਲਾਂ ਬਹੁਤ ਸੋਹਣੀ ਮੇਥੇ ਦੀ ਰੋਟੀ ਖਾ ਲੈਂਦਾ ਸੀ, ਇਸ ਵਾਰ ਤਾਂ ਨਾ ਮੂੰਹ ਨਹੀਂ ਲਾਇਆ ਉਹਨੇ, ਕੀ ਕਹਿਣਾ ਇੱਕ ਅੱਧੀ ਬੁਰਕੀ ਕਦੇ ਟੇਸਟ ਵਜੋਂ ਦੇਖ ਲਈ, ਨਹੀਂ ਤਾਂ ਜਮਾਂ ਹੀ ਨਹੀਂ ਖਾਧੀ। ਲਓ ਜੀ ਹੁਣ ਮੈਂ ਬਣਾਉਣ ਲੱਗ ਗਈ ਸੀ ਇੱਥੇ ਰੋਟੀਆਂ।
ਮੰਮੀ ਨੇ ਜੀ ਰੋਟੀ ਫੜਾਤੀ ਸੀ ਡੈਡੀ ਜੀ ਨੂੰ, ਗਰਮ ਗਰਮ ਮੈਂ ਬਣਾਤੀਆਂ ਸੀਗੀਆਂ, ਅਤੇ ਬਸ ਫਿਰ ਉਦੋਂ ਬਾਅਦ ਮੈਂ ਵੀ ਨਾਸ਼ਤਾ ਕਰ ਲਿਆ ਜੀ। ਉਦੋਂ ਬਾਅਦ ਮੈਂ ਧੋਣ ਲੱਗ ਗਈ ਸੀ, ਮੇਰੀ ਡੋਬੀ ਪਈ ਸੀ ਸਵੇਰ ਦੀ ਲਾਈਨਿੰਗ, 2 ਘੰਟੇ ਡੋਬ ਕੇ ਰੱਖਤੀ ਸੀ ਪਾਣੀ ਵਿੱਚ ਲਾਈਨਿੰਗ। ਉਸ ਤੋਂ ਬਾਅਦ ਹੁਣ ਹਲਕੀ ਹਲਕੀ ਜੀ ਇਹਨੂੰ ਕੁੱਟ ਕੇ ਬਸ ਜੀ ਸੁੱਕੜੀ ਪਾ ਦੂੰਗੀ ਤਾਰ 'ਤੇ, ਫਿਰ ਐਂ ਬਾਅਦ 'ਚ ਸੁੰਗਣ ਦਾ ਨਹੀਂ ਰਹਿੰਦਾ ਹੈਗਾ ਜੀ। ਲਾਈਨਿੰਗ ਵਾਲੇ ਸੂਟਾਂ 'ਤੇ ਮੈਂ ਲਾਈਨਿੰਗ ਧੋ ਕੇ ਝੱਲ ਕੇ ਹੀ ਪਾਣੀ 'ਚ ਫਿਰ ਲਵਾਉਂਦੀ ਹਾਂ ਜੀ, ਨਮਕ ਪਾ ਕੇ ਡੋਬਤੀ ਸੀਗੀ ਥੋੜ੍ਹੀ ਜੀ। ਅਤੇ ਕੱਲ੍ਹ ਨਾ ਪਤਾ ਕੀ ਹੋਇਆ ਜੀ, ਇੰਨਾ ਮੇਰਾ ਫੇਵਰੇਟ ਤਿਉਹਾਰ ਆ ਹੋਲੀ, ਹੋਲੀ ਮੈਨੂੰ ਸਭ ਤੋਂ ਵਧੀਆ ਲੱਗਦਾ ਜੀ, ਇੱਥੋਂ ਤੱਕ ਕਿ ਦਿਵਾਲੀ ਤੋਂ ਵੀ ਵਧੀਆ ਲੱਗਦਾ। ਪਰ ਹੋਇਆ ਕਿ ਤਬੀਅਤ ਦੀ ਖਰਾਬ ਹੋਣ ਦੇ ਕਾਰਨ ਜੀ ਮੇਰੇ ਤੋਂ ਹੋਲੀ ਵੀ ਨਹੀਂ ਖੇਲ ਹੋਇਆ, ਕੱਲ੍ਹ ਯੁਵਰਾਜ ਵੀ ਨਹੀਂ ਫਿਰ ਖੇਲਿਆ ਹੈਗਾ, ਸਗੋਂ ਮੇਰੀ ਫਰੈਂਡ ਦੀ ਬੇਟੀ ਵੀ ਆਉਂਦੀ ਹੁੰਦੀ ਹੈ ਮੇਰੇ ਕੋਲ, ਉਹਨੂੰ ਵੀ ਚਾਅ ਹੁੰਦਾ ਉਹ, ਬਸ ਫਿਰ ਸਿਹਤ ਖਰਾਬ ਕਰਕੇ ਸਾਡੇ ਸਾਰਿਆਂ ਦੀ ਹੋਲੀ ਮਿਸ ਹੋ ਗਿਆ ਜੀ। ਅਤੇ ਯੁਵਰਾਜ ਕਰ ਰਿਹਾ ਸੀ ਮੇਰੀ ਹੈਲਪ ਜੀ, ਉਹ ਲਾ ਦੂਗਾ ਪੋਚੇ, ਮੈਂ ਕਿਹਾ ਚੱਲ ਮੈਂ ਜਾਨੂੰ ਕਿਚਨ ਆਪਣਾ ਸਮੇਟ ਲੈਂਦੀ ਹਾਂ ਵੀ ਜਾਨੂੰ ਤੂੰ ਪੁੱਤ ਪੋਚੇ ਲਾ ਦੇ। ਬਾਕੀ ਨਾ ਮੈਂ ਜੀ ਤੁਹਾਡੇ ਨਾਲ ਹੈ ਨਾ ਇੱਕ ਗੱਲ ਕਰਨੀ ਸੀਗੀ, ਮਨ ਤਾਂ ਮੇਰਾ ਕਈ ਦਿਨ ਤੋਂ ਕਰਦਾ ਸੀ ਪਰ ਦਿਲ ਪਰਮਿਸ਼ਨ ਨਹੀਂ ਸੀ ਦਿੰਦਾ ਵੀ ਮੈਂ ਕਰਾਂ ਹੈ ਨਾ। ਮੇਰਾ ਨਾ ਲਾਈਵ ਆਉਣ ਨੂੰ ਬਹੁਤ ਦਿਲ ਕਰਦਾ ਸੀ, ਮੈਂ ਕਿਹਾ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਾਂ ਹੈ ਨਾ। ਵੈਸੇ ਵੀ ਦੇਖੋ ਜੀ ਲਾਈਵ ਆ ਕੇ ਹੈ ਨਾ ਵਧੀਆ ਸਵਾਲਾਂ ਦੇ ਜਵਾਬ ਐਨ ਦਿੱਤੇ ਜਾਂਦੇ ਨੇ, ਜੋ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਐਨ ਚੰਗੀ ਤਰ੍ਹਾਂ ਦੱਸਿਆ ਜਾਂਦਾ ਹੈ ਜੀ। ਕਈ ਦਿਨ ਤੋਂ ਸੋਚ ਰਹੀ ਸੀ, ਪਹਿਲਾਂ ਮੈਂ ਅੱਜ ਵੀ ਸੋਚਿਆ ਸੀ ਵੀ ਮੈਂ ਲਾਈਵ ਆ ਜਾਂ, ਪਰ ਫਿਰ ਮੈਂ ਕਿਹਾ ਨਹੀਂ ਵੀ ਮੈਂ ਕਿਸੇ ਨੂੰ ਕੁਝ ਦੱਸਿਆ ਤਾਂ ਨਹੀਂ ਹੈ ਨਾ, ਵੀ ਜੇ ਕੋਈ ਮੇਰੀ ਲਾਈਵ ਵਿੱਚ ਆਇਆ ਹੀ ਨਹੀਂ, ਮੈਂ ਕਿਹਾ ਯਾਰ ਬੇਇੱਜ਼ਤੀ ਹੋ ਜੂ ਹੈ ਨਾ ਜੇ ਕੋਈ ਨਾ ਆਇਆ। ਕਈ ਵਾਰ ਹੁਣ ਆਇਆ ਜੇ ਤੁਹਾਨੂੰ ਨਹੀਂ ਪਤਾ ਹੈ ਨਾ ਕਿਸੇ ਨੂੰ ਵੀ, ਫਿਰ ਉੱਦਾਂ ਮੈਨੂੰ ਦੇਖੋ ਜੀ ਮੈਂ ਆਉਣਾ ਹੀ ਪਹਿਲੀ ਵਾਰ ਆ ਹੈ ਨਾ, 6 ਮਹੀਨੇ ਹੋ ਗਏ ਮੇਰੇ ਚੈਨਲ ਨੂੰ ਸ਼ੁਰੂ ਕਰੇ ਨੂੰ, ਪਰ ਮੈਂ ਅੱਜ ਤੱਕ ਕਦੇ ਲਾਈਵ ਨਹੀਂ ਆਈ ਹੈਗੀ। ਫਿਰ ਮੈਂ ਸੋਚਿਆ ਮੈਂ ਕਿਹਾ ਨਹੀਂ ਯਾਰ ਵੀ ਪਹਿਲਾਂ ਮੈਂ ਪਰਮਿਸ਼ਨ ਲੈ ਲਵਾਂ ਉਹਨਾਂ ਸਾਰਿਆਂ ਤੋਂ, ਪੁੱਛ ਲਵਾਂ ਵੀ ਤੁਸੀਂ ਕੀ ਚਾਹੁੰਦੇ ਹੋ। ਜੇ ਤੁਸੀਂ ਚਾਹੁੰਦੇ ਹੋ ਮੈਂ ਲਾਈਵ ਆਵਾਂ ਹੈ ਨਾ, ਤਾਂ ਪਲੀਜ਼ ਮੈਨੂੰ ਸਾਰੇ ਕਮੈਂਟ ਕਰਕੇ ਜ਼ਰੂਰ ਦੱਸਿਓ। ਮੈਂ ਫਿਰ ਕੱਲ੍ਹ ਨੂੰ ਜ਼ਰੂਰ ਟਰਾਈ ਕਰੂੰਗੀ ਦੁਪਹਿਰ ਤੋਂ ਬਾਅਦ ਲਾਈਵ ਆਉਣ ਦੀ, ਕਿਉਂਕਿ ਹੁਣ ਦੇਖੋ ਯੁਵਰਾਜ ਨੂੰ ਵੀ ਛੁੱਟੀਆਂ ਨੇ ਹੈ ਨਾ, ਮੈਂ ਪਹਿਲੀ ਵਾਰ ਲਾਈਵ ਆਉਣਾ, ਮੈਨੂੰ ਇੰਨਾ ਚੰਗੀ ਤਰ੍ਹਾਂ ਨਹੀਂ ਪਤਾ, ਫਿਰ ਮੈਂ ਉਹਦੀ ਹੈਲਪ ਲੈ ਕੇ ਕਰ ਸਕਦੀ ਹਾਂ ਲਾਈਵ, ਅਤੇ ਤੁਹਾਡੇ ਜੇ ਕੋਈ ਸਵਾਲ ਹੋਊਗਾ ਉਹਦਾ ਜਵਾਬ ਵੀ ਐਨ ਚੰਗੀ ਤਰ੍ਹਾਂ ਦੇ ਸਕਦੀ ਹਾਂ। ਅਤੇ ਮੇਰਾ ਦਿਲ ਵੀ ਬਹੁਤ ਕਰਦਾ ਸੀਗਾ ਜੀ ਲਾਈਵ ਆ ਕੇ ਹੈ ਨਾ ਗੱਲਾਂ ਬਾਤਾਂ ਕਰਾਂ ਤੁਹਾਡੇ ਨਾਲ। ਪਲੀਜ਼ ਦੱਸਿਓ ਜ਼ਰੂਰ ਕਮੈਂਟਾਂ ਦੇ ਵਿੱਚ ਹੈ ਨਾ ਵੀ ਤੁਸੀਂ ਕੀ ਚਾਹੁੰਦੇ ਹੋ ਹੈ ਨਾ, ਕਿਵੇਂ ਤੁਹਾਡੇ ਚਾਹੁਣ ਨਾਲੇ ਮੈਂ ਲਾਈਵ ਆਊਂਗੀ, ਨਹੀਂ ਤਾਂ ਨਹੀਂ ਆਊਂਗੀ। ਜੇ ਤੁਸੀਂ ਕਹੇਗੇ ਤਾਂ ਜ਼ਰੂਰ ਆਊਂਗੀ ਜੀ, ਕੋਸ਼ਿਸ਼ ਜ਼ਰੂਰ ਕਰੂੰਗੀ ਵੀ ਕੱਲ੍ਹ ਨੂੰ ਲਾਈਵ ਆ ਸਕਾਂ। ਅਤੇ ਹੁਣ ਅੱਜ ਜੀ ਮੇਰੀ ਥੋੜ੍ਹੀ ਸਿਹਤ ਖਰਾਬ ਹੋਣ ਕਰਕੇ ਮੈਂ ਜ਼ਿਆਦਾ ਕੁਝ ਵੀਡੀਓ 'ਚ ਤੁਹਾਨੂੰ ਨਹੀਂ ਦਿਖਾ ਸਕੀ। ਹੁਣ ਜੀ ਵੀਡੀਓ ਦਾ ਮੈਂ ਕਰਦੀ ਹਾਂ ਐਂਡ। ਵੀਡੀਓ ਤੁਹਾਨੂੰ ਥੋੜ੍ਹੀ ਜਿਹੀ ਵਧੀਆ ਲੱਗੀ ਹੋਵੇ ਤਾਂ ਲਾਈਕ ਕਰੋ, ਸ਼ੇਅਰ ਕਰਿਓ, ਚੈਨਲ 'ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਜੀ, ਲਾਈਕ ਕਰਦਿਆ ਕਰੋ ਪਲੀਜ਼ ਜੀ। ਦੇਖੋ ਬਿਮਾਰੀ ਦੇ ਵਿੱਚ ਵੀ ਅਸੀਂ ਛੁੱਟੀ ਨਹੀਂ ਕਰਦੇ ਜੋਬ ਵਾਲਿਆਂ ਵਾਂਗੂ, ਜ਼ਰੂਰ ਕੋਸ਼ਿਸ਼ ਜ਼ਰੂਰ ਕਰਦੀ ਹੈ ਮੈਂ ਕਿਹਾ ਨਹੀਂ ਮਿਲ ਕੇ ਜ਼ਰੂਰ ਆਉਣਾ ਆਪਣੀ ਫੈਮਿਲੀ ਨੂੰ, ਪਿਆਰੀ ਜੀ ਨੂੰ ਹੈ ਨਾ। ਕੱਲ੍ਹ ਵੀ ਮੈਨੂੰ ਤੋਂ ਤੁਹਾਨੂੰ ਸਾਰਿਆਂ ਨੂੰ ਹੋਲੀ ਦੀ ਵਧਾਈ ਦਿੱਤੀ ਗਈ, ਇਸ ਲਈ ਸੋਰੀ ਜੀ। ਹੈਪੀ ਹੋਲੀ ਸਾਰਿਆਂ ਨੂੰ, ਮੇਰੀ ਯੂਟਿਊਬ ਫੈਮਿਲੀ ਨੂੰ। ਅਤੇ ਮਿਲਦੇ ਹਾਂ ਜੀ ਇੱਕ ਹੋਰ ਨਵੀਂ ਵੀਡੀਓ 'ਚ। ਓਕੇ ਜੀ, ਬਾਏ ਬਾਏ, ਟੇਕ ਕੇਅਰ, ਆਪਣਾ ਰੱਖਿਓ ਸਾਰੇ ਖਿਆਲ, ਬਾਏ ਬਾਏ।